ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜ੍ਹਾਇਆ। ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦ ਨਾ ਆਇਆ। ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ, ਤਾਂ ਮਨ ਰੋਸ ਨ ਹੋਈ। ਰਹਾਓ ਸਕਤਾ ਸੀ ਮਾਰੇ ਪੈ ਵੱਗੈ, ਖਸਮੈ ਸਾ ਪੁਰਸਾਈ। ਰਤਨ ਵਿਗਾੜ ਵਿਗੋਏ ਕੁੱਤੀ, ਮੋਇਆ ਸਾਰ ਨ ਕਾਈ। ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ। ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ। ਖਸਮੈ ਨਦਰੀ ਕੀੜਾ ਆਵੈ, ਜੇਤੇ ਚੁੱਗੈ ਦਾਣੇ। ਮਰ ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਬਖਾਣੇ। ਗੁਰੂ ਪਿਆਰ ਵਾਲਿਓ, ਆਪਾਂ ਅੱਜ ਗੁਰੂ ਨਾਨਕ ਸਾਹਿਬ ਦਾ ਬਾਬਰ ਦੇ ਹਮਲੇ ਸੰਬੰਧੀ ਉਚਾਰਨ ਕੀਤਾ ਹੋਇਆ ਦੂਜਾ ਸ਼ਬਦ ਵਿਚਾਰ ਕਰ ਰਹੇ ਹਾਂ। ਧਿਆਨ ਦੇਣ ਯੋਗ ਗੱਲ ਇੱਥੇ ਇਹ ਹੈ, ਇਸ ਸ਼ਬਦ ਦੇ ਵਿੱਚ ਵੀ ਖੁਰਾਸਾਨ ਦੇ ਇਲਾਕੇ ਤੋਂ ਇੱਕ ਜ਼ਾਲਮ ਬਾਦਸ਼ਾਹ ਉੱਠਿਆ ਅਤੇ ਉਹਨੇ ਇੱਥੇ ਤਬਾਹੀ ਮਚਾਈ। ਬਲਾਤਕਾਰ ਸ਼ਬਦ ਪਹਿਲਾਂ ਵੀ ਮੈਂ ਵਰਤਿਆ ਅਤੇ ਹੁਣ ਫਿਰ ਤੁਹਾਨੂੰ ਦੱਸ ਦੇਵਾਂ, ਇਹ ਸ਼ਬਦ ਦੇ ਵਿੱਚ ਬਾਬਰ ਨੂੰ ਫਿਰ ਤਬਾਹੀ ਮਚਾਉਣ ਵਾਲਾ ਬਲਾਤਕਾਰੀ ਸ਼ਬਦ ਕੇਵਲ ਔਰਤਾਂ ਨਾਲ ਮੰਦਾ ਵਿਹਾਰ ਕਰਨ ਵਾਲੇ ਇਨਸਾਨ ਨੂੰ ਨਹੀਂ ਕਹਿੰਦੇ। ਜਿਹੜਾ ਵੀ ਧੱਕੇਸ਼ਾਹੀ ਕਰਦਾ, ਦੂਜੇ 'ਤੇ ਜ਼ੋਰ ਜ਼ੁਲਮ ਕਰਦਾ, ਉਹਨੂੰ ਬਲਾਤਕਾਰੀ ਕਹਿੰਦੇ ਨੇ, ਉਹਨੂੰ ਖਸਮ ਵੀ ਕਹਿੰਦੇ ਨੇ। ਬਲ ਦਾ ਦੁਰ ਉਪਯੋਗ ਕਰਨਾ, ਤਾਕਤ ਦੀ ਗਲਤ ਵਰਤੋਂ ਕਰਨੀ, ਇਹਨੂੰ ਅੱਜ ਭਾਵੇਂ ਕਿ ਬਹੁਤੇ ਲੋਕਾਂ ਨੇ ਅਣਜਾਣਪੁਣੇ 'ਚ ਆਦਮੀ ਵੱਲੋਂ ਔਰਤ ਨਾਲ ਕੀਤਾ ਗਿਆ ਜੋ ਧੱਕਾ ਹੈ, ਉਹਨੂੰ ਬਲਾਤਕਾਰ ਕਿਹਾ ਜਾਂਦਾ, ਜ਼ੋਰ ਜ਼ਬਰ ਆਖਿਆ ਜਾਂਦਾ। ਪਰ ਇਹ ਜ਼ੋਰ ਜ਼ਬਰ ਬਾਦਸ਼ਾਹਾਂ ਵੱਲੋਂ, ਤਾਕਤਵਰ ਧਿਰਾਂ ਵੱਲੋਂ ਕਮਜ਼ੋਰ ਲੋਕਾਂ 'ਤੇ ਲਗਾਤਾਰ ਹੁੰਦਾ ਰਹਿੰਦਾ, ਉਹਨੂੰ ਵੀ ਬਲਾਤਕਾਰ ਹੀ ਕਹਿੰਦੇ ਨੇ। ਅੱਜ ਇਹਨੂੰ ਆਪਾਂ ਜ਼ਰਾ ਹੋਰ ਵਿਸਥਾਰ ਨਾਲ ਦੇਖੀਏ ਕਿ ਖਸਮਾਨਾ ਇੱਥੇ ਪਹਿਲਾਂ ਆਇਆ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਹੁਣ ਖਸਮ ਸ਼ਬਦ ਬਾਬਰ ਦਾ ਸਾਰੇ ਸ਼ਬਦ ਦੇ ਵਿੱਚ ਜ਼ਿਕਰ ਹੈ ਕਿ ਉਹਨੇ ਇਸ ਭਾਰਤ ਦੇ ਵਿੱਚ ਆ ਕੇ ਕਿੰਨੇ ਪਾਪ ਕੀਤੇ, ਜ਼ੁਲਮ ਕੀਤੇ। ਉਹ ਬਾਬਰ ਦੇ ਬਾਰੇ ਜੋ ਬਾਣੀ ਲਿਖੀ ਗਈ ਹੈ ਗੁਰੂ ਨਾਨਕ ਸਾਹਿਬ ਵੱਲੋਂ, ਗੱਲ ਉਸ ਦੀ ਹੋ ਰਹੀ ਹੈ, ਬਾਬਰ ਨੂੰ ਸੰਬੋਧਨ ਹੈ। ਖਸਮ ਉਹਨੂੰ ਆਖਿਆ ਗਿਆ, ਧੱਕੇ ਸ਼ਾਹੀ ਕਰਕੇ ਆਖਿਆ ਗਿਆ। ਇੱਥੇ ਰੱਬ ਦੀ ਬਾਣੀ ਨਹੀਂ ਹੈ, ਜਿਵੇਂ ਕਿ ਸਾਡੇ ਅੱਜ ਤੱਕ ਲਿਖਾਰੀਆਂ ਨੇ ਬੁਲਾਰਿਆਂ ਨੇ ਪ੍ਰਚਾਰ ਕੀਤਾ ਹੈ। ਕਿਉਂਕਿ ਦੂਸਰੇ ਸ਼ਬਦ ਦੇ ਵਿੱਚ ਆ ਗਿਆ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਹਿੰਦੁਸਤਾਨ ਨੂੰ ਬਹੁਤ ਬੁਰੀ ਤਰ੍ਹਾਂ ਭੈਭੀਤ ਕਰ ਦਿੱਤਾ, ਸ਼ਰੇਆਮ ਕਤਲੋਗਾਰਤ ਸਾਰੇ ਪਾਸੇ ਹੋਣ ਲੱਗੀ। ਕੋਈ ਕਸੂਰਵਾਰ ਹੈ ਕਿ ਨਹੀਂ ਹੈ, ਕਿਸੇ ਕੋਲ ਧਨ ਦੌਲਤ ਹੈ ਕਿ ਨਹੀਂ ਹੈ, ਕੋਈ ਅਮੀਰ ਹੈ ਗਰੀਬ ਹੈ, ਉਹਨੇ ਜੰਗ ਯੁੱਧ ਲੜੀ ਹੈ ਕਿ ਨਹੀਂ ਲੜੀ ਹੈ। ਜਿਹੜੇ ਵੀ ਸਿਪਾਹੀ ਉਹਦੇ ਮਾਰੋ ਮਾਰ ਕਰਦੇ ਅੱਗੇ ਵੱਧ ਰਹੇ ਸਨ, ਗੁਰੂ ਨਾਨਕ ਸਾਹਿਬ ਨੇ ਉਸ ਦਾ ਜ਼ਿਕਰ ਕੀਤਾ ਕਿ ਇਸ ਪਾਪੀ ਇਨਸਾਨ ਨੇ ਖੁਰਾਸਾਨ ਦੇ ਇਲਾਕਿਆਂ ਨੂੰ ਪਹਿਲਾਂ ਆਪਣੇ ਅਧੀਨ ਕੀਤਾ, ਫਿਰ ਇੱਥੇ ਹਾਕਮ ਬਲਾਤਕਾਰੀ ਬਣ ਕੇ, ਜਿਹਨੂੰ ਕਿ ਖਸਮਾਨਾ ਆਖਿਆ, ਹਿੰਦੁਸਤਾਨ ਨੂੰ ਇਹਨੇ ਡਰਾ ਲਿਆ ਅਤੇ ਭਾਵ ਕਿ ਇੱਥੇ ਉਹਨੂੰ ਹਮਲਾ ਕਰਕੇ ਕਾਬੂ ਕਰ ਲਿਆ, ਆਪਣੇ ਅਧੀਨ ਕਰ ਲਿਆ। ਮੈਂ ਇੱਥੇ ਬਹੁਤ ਕੁਝ ਹੋਰ ਪੜ੍ਹ ਚੁੱਕਿਆ, ਜਿਹੜਾ ਕਿ ਆਮ ਵੀਰਾਂ ਨੂੰ ਭੈਣਾਂ ਨੂੰ
ਪੜ੍ਹਨ ਦਾ ਸੁਭਾਅ ਨਹੀਂ ਹੈ, ਆਪਣੇ ਘਰਾਂ 'ਚ ਕਿਤਾਬਾਂ ਨਹੀਂ ਰੱਖਦੇ। 100% ਕਿਤਾਬਾਂ ਸਾਰੀਆਂ ਚੰਗੀਆਂ ਨਹੀਂ ਹੁੰਦੀਆਂ, ਮਾੜੀਆਂ ਵੀ ਹੁੰਦੀਆਂ ਨੇ, ਪਰ ਕਿਸੇ ਕਿਤਾਬ 'ਚੋਂ ਇੱਕ ਵੀ ਚੰਗੀ ਗੱਲ ਮਿਲ ਜੇ ਤਾਂ ਉਹ ਸਾਡੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ, ਸਾਡੇ ਸੁਭਾਅ ਦੇ ਵਿੱਚ ਨਵੀਨਤਾ ਲੈ ਆਉਂਦੀ ਹੈ। ਮੈਂ ਇਹੋ ਜਿਹੀਆਂ ਕਿਤਾਬਾਂ ਵੀ ਪੜ੍ਹ ਚੁੱਕਿਆ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਹੜਾ ਸੁਲਤਾਨਪੁਰ ਦਾ ਹਾਕਮ ਸੀ, ਗਵਰਨਰ ਸੀ, ਜਿਹਦੇ ਕੋਲ ਗੁਰੂ ਨਾਨਕ ਸਾਹਿਬ ਨੌਕਰੀ ਕਰਦੇ ਸਨ, ਉਸ ਹਾਕਮ ਦੇ ਨਾਲ ਸਲਾਹ ਕੀਤੀ ਕਿ ਬਾਬਰ ਬਾਦਸ਼ਾਹ ਹਮਲਾ ਕਰਨ ਵਾਸਤੇ ਆ ਰਿਹਾ, ਆਪਾਂ ਨੂੰ ਕੁਝ ਮੁਕਾਬਲਾ ਕਰਨਾ ਚਾਹੀਦਾ ਅਤੇ ਉਹਦੇ ਨਾਲ ਜੇ ਇਹ ਸਮਝੌਤਾ ਹੋ ਸਕੇ ਕਿ ਲੋਕਾਂ ਦਾ ਕਤਲੇਆਮ ਨਾ ਕਰੋ, ਅਸੀਂ ਤੁਹਾਨੂੰ ਕੁਝ ਖਰਚਾ ਆਦਿਕ ਦੇ ਦੇਵਾਂਗੇ ਤੁਹਾਡੀਆਂ ਫੌਜਾਂ ਦਾ, ਪਰ ਸਾਡੇ ਲੋਕਾਂ ਨੂੰ ਨਾ ਮਾਰੋ। ਅਤੇ ਦੌਲਤ ਖਾਨ ਆਪਣੀ ਫੌਜ ਲੈ ਕੇ ਬਾਬਰ ਦੇ ਅੱਗੇ ਗਿਆ ਅਤੇ ਬਾਬਰ ਨੂੰ ਉਹਨੇ ਕੁਝ ਆਪਣੀਆਂ ਗੱਲਾਂ ਸਮਝਾਈਆਂ। ਪਹਿਲਾਂ ਤਾਂ ਬਾਬਰ ਮੰਨ ਗਿਆ, ਦੋਵਾਂ ਧਿਰਾਂ ਦੀ ਗੱਲਬਾਤ ਹੋਈ, ਪਰ ਉਹਨੇ ਮਹਿਸੂਸ ਕੀਤਾ ਕਿ ਇਹ ਮੇਰੇ ਵਾਸਤੇ ਸੌਦਾ ਕੋਈ ਬਹੁਤਾ ਫਾਇਦੇਮੰਦ ਨਹੀਂ, ਮੈਂ ਅੱਗੇ ਤੱਕ ਸਾਰੇ ਭਾਰਤ ਨੂੰ ਕਿਉਂ ਨਾ ਲੁੱਟਾਂ, ਜਿੱਥੇ ਸੋਨਾ ਚਾਂਦੀ ਅਤੇ ਸੋਹਣੀਆਂ ਲੜਕੀਆਂ ਮੇਰੇ ਕਾਬੂ ਆਉਣ, ਮੈਂ ਸਾਰਿਆਂ ਨੂੰ ਹੂੰਝ ਕੇ ਲੁੱਟ ਕੇ ਆਪਣੇ ਨਾਲ ਲੈ ਜਾਵਾਂ। ਉਹਨੇ ਇਹ ਸਮਝੌਤਾ ਤੋੜ ਦਿੱਤਾ, ਦੌਲਤ ਖਾਨ ਨੂੰ ਕੈਦ ਕਰ ਲਿਆ ਅਤੇ ਉਹਦੀ ਫੌਜ ਦੇ ਬਹੁਤ ਸਾਰੇ ਸਿਪਾਹੀ ਦੌਲਤ ਖਾਨ ਦੀ ਦੇ ਮਾਰੇ ਗਏ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੂੰ ਵੀ ਕੁਝ ਸਮੇਂ ਵਾਸਤੇ ਕੈਦ ਕੀਤਾ ਅਤੇ ਗੁਰੂ ਨਾਨਕ ਸਾਹਿਬ ਨੇ ਵਿੱਚ ਪੈ ਕੇ ਫਿਰ ਇਹ ਸਾਰਾ ਕੁਝ ਬਾਬਰ ਨੂੰ ਕਰਨ ਤੋਂ ਰੋਕਿਆ ਅਤੇ ਵੀ ਇਹਨਾਂ ਨੀਵੇਂ ਨਿਮਾਣੇ ਗਰੀਬਾਂ ਬੇਕਸੂਰਾਂ ਦੇ ਉੱਤੇ ਇੰਨਾ ਜ਼ੁਲਮ ਨਾ ਕਰੋ, ਚੰਗੇ ਬਾਦਸ਼ਾਹ ਆਪਣੀ ਪ੍ਰਜਾ ਨੂੰ ਰਾਖੀ ਕਰਦੇ ਨੇ, ਉਹਨਾਂ ਦੀ ਸੰਭਾਲ ਕਰਦੇ ਨੇ, ਉਹਨਾਂ 'ਤੇ ਜ਼ੁਲਮ ਨਹੀਂ ਕਰਿਆ ਕਰਦੇ, ਨਹੀਂ ਤਾਂ ਤੁਸੀਂ ਰਹਿੰਦੀ ਦੁਨੀਆ ਤੱਕ ਬਹੁਤ ਬੁਰੀ ਤਰ੍ਹਾਂ ਬਦਨਾਮ ਹੋ ਜਾਵੋਗੇ। ਬਾਬਰ ਕੁਝ ਸਮਝਿਆ, ਉਹਨੇ ਇਹ ਕਤਲੋਗਾਰਤ ਰੋਕ ਦਿੱਤੀ, ਗੁਰੂ ਨਾਨਕ ਸਾਹਿਬ ਨੂੰ ਰਿਹਾ ਕਰ ਦਿੱਤਾ। ਕੁਝ ਕੁ ਲੋਕਾਂ ਨੇ ਆਖਿਆ ਕਿ ਦੌਲਤ ਖਾਨ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿ ਕੇ ਉਹ ਫੌਤ ਹੋ ਗਿਆ, ਭਾਵ ਕਿ ਲੇਖੇ ਲੱਗ ਗਿਆ ਅਤੇ ਉਹਦੇ ਸਿਪਾਹੀ ਵੀ ਬਹੁਤ ਸਾਰੇ ਲੇਖੇ ਲੱਗ ਗਏ। ਹੁਣ ਇਹ ਜਿਹੜਾ ਸਾਰਾ ਕੁਝ ਹੋਇਆ, ਗੁਰੂ ਨਾਨਕ ਸਾਹਿਬ ਨੇ ਦੌਲਤ ਖਾਨ ਦੇ ਨਾਲ ਰਲ ਕੇ ਕਰਨਾ ਚਾਹਿਆ ਸੀ, ਭਾਵ ਕਿ ਆਜ਼ਾਦੀ ਵਾਸਤੇ, ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਉਸ ਵੱਡੇ ਬਾਦਸ਼ਾਹ ਨਾਲ ਸਮਝੌਤਾ ਕਰਕੇ ਆਪਣੇ ਲੋਕਾਂ ਨੂੰ ਬਚਾਉਣ ਦਾ ਤਰੀਕਾ ਉਹਨਾਂ ਨੇ ਲੱਭਿਆ ਸੀ, ਜਿਹੜਾ ਕਿ ਉਸ ਵਕਤ ਕਾਰਗਰ ਨਹੀਂ ਹੋ ਸਕਿਆ। ਬਾਬਰ ਦੀਆਂ ਆਸਾਂ ਉਮੀਦਾਂ ਉਦੋਂ ਕਿਤੇ ਵੱਡੀਆਂ ਸੀ, ਪਰ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਲਗਾਤਾਰ ਮਿਹਨਤ ਕੀਤੀ। ਅਸੀਂ ਤਾਂ ਉਹਨੂੰ, ਗੁਰੂ ਨਾਨਕ ਸਾਹਿਬ ਨੂੰ, ਇੱਕ ਧਾਰਮਿਕ ਵਿਅਕਤੀ ਬਣਾ ਕੇ ਸਟੇਜਾਂ 'ਤੇ ਪੇਸ਼ ਕਰਦੇ ਹਾਂ। ਉਹਦੀ ਪੂਜਾ ਕਰਨ ਦੀ ਹੱਦ ਤੱਕ ਸਿੱਖ ਚਲੇ ਗਏ ਨੇ, ਗੁਰੂ ਗ੍ਰੰਥ ਸਾਹਿਬ ਦੀ ਵੀ ਸਿੱਖ ਪੂਜਾ ਹੀ ਕਰਦੇ ਨੇ। ਐਕਚੁਅਲ ਇਹ ਕ੍ਰਾਂਤੀਕਾਰੀ ਇਹ ਵਿਚਾਰਧਾਰਾ ਸੀ, ਇਹ ਉਸ ਸਮੇਂ ਦਾ ਇਨਕਲਾਬ ਸੀ ਅਤੇ ਉਦੋਂ ਵੱਡੀਆਂ ਹਕੂਮਤਾਂ ਨਾਲ ਟੱਕਰ ਲੈਣ ਵਾਸਤੇ ਗੁਰੂ ਨਾਨਕ ਸਾਹਿਬ ਆਮ ਲੋਕਾਂ ਨੂੰ ਤਿਆਰ ਕਰ ਰਹੇ ਸੀ, ਗਿਆਨ ਦੇ ਰਹੇ ਸੀ ਅਤੇ ਏਕਤਾ ਦੇ ਸੂਤਰ ਵਿੱਚ ਪਰੋ ਰਹੇ ਸੀ। ਟੁਕੜੇ ਟੁਕੜੇ ਹੋਏ ਲੋਕਾਂ ਨੂੰ ਇੱਕ ਥਾਂ 'ਤੇ ਇਕੱਠੇ ਕਰਕੇ ਵੱਡੀਆਂ ਹਕੂਮਤਾਂ ਨਾਲ ਜੰਗ ਯੁੱਧ ਲੜਨ ਵਾਸਤੇ ਤਿਆਰ ਕਰ ਰਹੇ ਸੀ। ਇਹ ਬਾਣੀ ਇਨਕਲਾਬੀ ਹੈ, ਗੁਰੂ ਨਾਨਕ ਸਾਹਿਬ ਆਪ ਇਨਕਲਾਬੀ ਸਨ, ਨਾ ਕਿ ਕੋਈ ਧਾਰਮਿਕ ਵਿਅਕਤੀ ਜਿਵੇਂ ਕਿ ਪੂਜਣਯੋਗ ਹਸਤੀ ਬਣਾ ਕੇ ਪੇਸ਼ ਕਰ ਦਿੱਤਾ ਗਿਆ ਅਤੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ। ਇੱਥੇ ਗੁਰੂ ਨਾਨਕ ਸਾਹਿਬ ਕਿੰਨੀ ਕਠੋਰ ਭਾਸ਼ਾ ਬਾਦਸ਼ਾਹ ਦੇ ਵਿਰੁੱਧ ਵਰਤ ਰਹੇ ਨੇ ਅਤੇ ਸਾਨੂੰ ਅਜੇ ਵੀ ਚੇਤਾ ਨਹੀਂ ਆਇਆ ਕਿ ਜਿਹੜਾ ਕੋਈ ਸਾਧੂ ਸੰਤ ਹੁੰਦਾ ਉਹਨੂੰ ਬਾਦਸ਼ਾਹਾਂ ਨਾਲ ਟੱਕਰ ਲੈਣ ਦੀ ਕੀ ਲੋੜ ਪਈ ਹੈ। ਉਹ ਆਪਣਾ ਜਿੱਥੇ ਬੈਠ ਕੇ ਰਾਮ ਨਾਮ ਜਪ ਸਕਦਾ, ਗੁਫਾਵਾਂ 'ਚ ਵੜ ਸਕਦਾ। ਇਹਨਾਂ ਨਾ ਸਮਝ ਪ੍ਰਚਾਰਕਾਂ ਨੇ ਤਾਂ ਅਤੇ ਲਿਖਾਰੀਆਂ ਨੇ, ਸੂਰਜ ਪ੍ਰਕਾਸ਼ ਨੇ
ਗੁਰੂ ਤੇਗ ਬਹਾਦਰ ਸਾਹਿਬ ਵਰਗੇ ਕ੍ਰਾਂਤੀਕਾਰੀ ਮਹਾਂਪੁਰਖ ਨੂੰ ਵੀ 26 ਸਾਲ ਭੋਰੇ ਦੇ ਵਿੱਚ ਵੜ ਕੇ ਬਿਠਾ ਦਿੱਤਾ ਹੈ। ਗੁਰੂ ਸਾਹਿਬ ਵੀ ਨਾਮ ਸਿਮਰਨ ਕਰਦੇ ਸੀ, ਉਹ ਭਗਤੀ ਕਰਦੇ ਸੀ, ਉਹ ਤਪੱਸਿਆ ਕਰਦੇ ਸੀ, ਉਹ ਜਾਪ ਕਰਦੇ ਸੀ, ਅਤੇ ਇਹ ਸਾਰਾ ਕੁਝ ਸਾਡੇ ਆਮ ਸਿੱਖਾਂ ਦੇ ਸਿਰ ਦੇ ਵਿੱਚ ਪ੍ਰਚਾਰ ਕਰਕੇ ਤੁੰਨ ਦਿੱਤਾ ਗਿਆ। ਸਾਨੂੰ ਸਮਝ ਆਉਣੋਂ ਹਟ ਗਈ ਕਿ ਅਸੀਂ ਕਰਨਾ ਕੀ ਹੈ। ਇਸੇ ਕਰਕੇ ਸਿੱਖ ਲਗਾਤਾਰ ਰਸਾਤਲ ਵੱਲ ਨੀਵੇਂ ਪਾਸੇ ਨੂੰ ਡਿੱਗਦੇ ਜਾ ਰਹੇ ਨੇ। ਗੁਰੂ ਪੈਰ ਵਾਲਿਓ, ਇੱਥੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਬਾਬਰ ਬਾਦਸ਼ਾਹ ਖਸਮ ਬਣ ਕੇ, ਬਲਾਤਕਾਰੀ ਬਣ ਕੇ, ਧੱਕੇ ਸ਼ਾਹ ਬਣ ਕੇ ਖੁਰਾਸਾਨ ਦੇ ਇਲਾਕਿਆਂ ਨੂੰ ਪਹਿਲਾਂ ਕਾਬੂ ਕੀਤਾ, ਫਿਰ ਹਿੰਦੁਸਤਾਨ 'ਤੇ ਆ ਧਮਕਿਆ। ਹਿੰਦੁਸਤਾਨ ਦੇ ਲੋਕ ਉਸ ਦੀ ਤਾਕਤ ਵੇਖ ਕੇ ਥਰ ਥਰ ਕੰਬ ਰਹੇ ਸਨ। ਆਪੇ ਦੋਸ ਨਾ ਦੇਈ ਕਰਤਾ ਜਮ ਕਰ ਮੁਗਲ ਚੜ੍ਹਾਇਆ। ਇੱਥੇ ਕੋਈ ਰੱਬ ਨੂੰ ਦੋਸ ਨਾ ਦੇਵੇ ਕਿ ਰੱਬ ਨੇ ਇਹ ਸਾਰਾ ਕੁਝ ਕੀਤਾ, ਰੱਬ ਦਾ ਭਾਣਾ ਹੀ ਇੱਦਾਂ ਸੀ। ਜੇ ਕਿਤੇ ਰੱਬ ਦਾ ਭਾਣਾ ਇੱਦਾਂ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਨੂੰ ਫਿਰ ਬਾਬਰ ਨੂੰ ਜਾਬਰ ਕਹਿਣ ਦੀ ਜ਼ਰੂਰਤ ਨਹੀਂ ਸੀ, ਬਾਬਰ ਦੇ ਵਿਰੁੱਧ ਖੜ੍ਹੇ ਹੋਣ ਦੀ ਜ਼ਰੂਰਤ ਨਹੀਂ ਸੀ। ਬਾਅਦ ਦੇ ਵਿੱਚ 6ਵੇਂ ਪਾਤਸ਼ਾਹ ਨੂੰ ਅਤੇ 10ਵੇਂ ਪਾਤਸ਼ਾਹ ਨੂੰ ਤਲਵਾਰ ਤੇਗ ਚੁੱਕਣ ਦੀ ਜ਼ਰੂਰਤ ਨਹੀਂ ਸੀ। ਉਹ ਤਾਂ ਰੱਬ ਦਾ ਭਾਣਾ ਸੀ ਸਾਰਾ। ਰੱਬ ਨੇ ਭੇਜਿਆ ਸੀ ਬਾਬਰ, ਰੱਬ ਨੇ ਭੇਜਿਆ ਜਹਾਂਗੀਰ, ਰੱਬ ਨੇ ਭੇਜਿਆ ਔਰੰਗਜ਼ੇਬ, ਅਤੇ ਰੱਬ ਨੇ ਭੇਜੇ ਜ਼ਕਰੀਆ ਖਾਨ, ਮੀਰ ਮੰਨੂ, ਉਹ ਤਾਂ ਸਾਰੇ ਰੱਬ ਦੇ ਭੇਜੇ ਹੋਏ ਸੀ। ਫਿਰ ਆਪਾਂ ਰੋਸ ਕਿਉਂ ਕਰਦੇ ਹਾਂ, ਕਿਉਂ ਆਪਣੀਆਂ ਜਾਨਾਂ ਵਾਰੀ ਜਾਂਦੇ ਹਾਂ, ਕਿਉਂ ਉਹਨਾਂ ਦੇ ਵਿਰੁੱਧ ਸਟੇਜਾਂ 'ਤੇ ਬੋਲਦੇ ਹਾਂ। ਉਹ ਤਾਂ ਸਾਰਾ ਕੁਝ ਪਰਮਾਤਮਾ ਦਾ ਹੀ ਕੀਤਾ ਹੋਇਆ ਸੀ, ਅਤੇ ਪਰਮਾਤਮਾ ਦਾ ਕੀਤਾ ਹੋਇਆ ਤੇਰਾ ਕੀ ਆ, ਮਿੱਠਾ ਲੱਗੇ, ਬਸ ਸਾਨੂੰ ਮਿੱਠਾ ਲੱਗਣਾ ਚਾਹੀਦਾ। ਪਰ ਇਸ ਤਰ੍ਹਾਂ ਨਹੀਂ ਹੈ। ਇਹ ਗਲਤ ਪ੍ਰਚਾਰਕਾਂ ਨੇ, ਨਾ ਸਮਝ ਪ੍ਰਚਾਰਕਾਂ ਨੇ, ਨਾ ਸਮਝ ਲਿਖਾਰੀਆਂ ਨੇ ਇਹੋ ਜਿਹੀਆਂ ਲਿਖਤਾਂ ਸਾਡੇ ਦਿਮਾਗ 'ਚ ਪਾ ਦਿੱਤੀਆਂ ਨੇ। ਗੁਰੂ ਨਾਨਕ ਸਾਹਿਬ ਨੇ ਸਮੇਂ ਦੀ ਹਕੂਮਤ ਦੇ ਵਿਰੁੱਧ ਇੰਨੇ ਕਠੋਰ ਸ਼ਬਦ ਵਰਤੇ ਹੋਏ ਨੇ, ਅਤੇ ਜਿਹਦਾ ਬਦੌਲਤ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਤਾਂ ਪਿਆ ਹੀ ਪਿਆ, ਪਰ ਉਹਨਾਂ ਦੀ ਗੱਦੀ 'ਤੇ ਬਿਰਾਜਮਾਨ 5ਵੇਂ ਪਾਤਸ਼ਾਹ ਨੂੰ ਸ਼ਹੀਦੀ ਦੇਣੀ ਪਈ ਹੈ। ਉਹਨਾਂ ਨੂੰ ਬੇਅੰਤ ਤਸੀਹੇ ਦੇ ਕੇ ਲੇਖੇ ਲਾ ਦਿੱਤਾ, ਸ਼ਹੀਦ ਕਰ ਦਿੱਤਾ। ਅਤੇ ਇਹ ਸਾਰਾ ਕੁਝ ਧਰਮੀ ਲੋਕਾਂ ਨਾਲ ਨਹੀਂ ਹੋਇਆ ਕਰਦਾ, ਜਿਹੜੇ ਸਰਕਾਰਾਂ ਨਾਲ ਟੱਕਰ ਲੈਂਦੇ ਨੇ, ਬਗਾਵਤਾਂ ਕਰਦੇ ਨੇ, ਇਹ ਸਾਰਾ ਕੁਝ ਸਰਕਾਰਾਂ ਉਹਨਾਂ ਦੇ ਨਾਲ ਕਰਦੀਆਂ ਨੇ। ਆਪੇ ਦੋਸ ਨਾ ਦੇਈ ਕਰਤਾ ਜਮ ਕਰ ਮੁਗਲ ਚੜ੍ਹਾਇਆ। ਰੱਬ ਨੂੰ ਇੱਥੇ ਕੋਈ ਦੋਸ ਨਹੀਂ। ਇੱਥੇ ਅਸਲ ਦੇ ਵਿੱਚ ਜਮਦੂਤ ਬਣ ਕੇ ਮੁਗਲ ਫੌਜ ਆਈ ਸੀ। ਕੋਈ ਹੋਰ ਜਮਦੂਤ ਹੈ ਜਿਹੜਾ ਆਕਾਸ਼ 'ਚ ਬੈਠਾ, ਉਹ ਕੋਈ ਜਮਦੂਤ ਨਹੀਂ ਹੈ, ਉਹਨੂੰ ਗੁਰਬਾਣੀ ਕਦੇ ਵੀ ਸਵੀਕਾਰ ਨਹੀਂ ਕਰਦੀ। ਪਰ ਜਿਹੜਾ ਸਾਹਮਣੇ ਜਮਦੂਤ ਹੈ, ਸਾਡੀ ਜਿੰਦ ਜਾਨ ਦਾ ਬੈਰੀ ਬਣਿਆ ਹੋਇਆ, ਅਤੇ ਉਹ ਹੈ ਜਮ ਕਰ ਮੁਗਲ ਚੜ੍ਹਾਇਆ। ਅਤੇ ਫਿਰ ਇੱਥੇ ਤਾਂ ਇਹ ਵੀ ਕਹਿਣਾ ਪਏਗਾ, ਇਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਇੰਨੀ ਮਾਰ ਪਈ ਲੋਕਾਂ ਨੂੰ, ਇੰਨੀ ਮਾਰ ਪਈ ਲੋਕਾਂ ਨੂੰ ਕਿ ਬਾਬਰ ਨੂੰ ਕੋਈ ਦਰਦ ਨਹੀਂ ਆਇਆ। ਕਈਆਂ ਲੋਕਾਂ ਨੇ ਇਹਨੂੰ ਰੱਬ ਵਾਲੇ ਪਾਸੇ ਮੋੜ ਦਿੱਤਾ ਹੈ ਕਿ ਰੱਬ ਨੂੰ ਕੋਈ ਦਰਦ ਨਹੀਂ ਆਇਆ। ਰੱਬ ਨੂੰ ਇਹ ਫੌਜ ਭੇਜਣ ਦੀ ਲੋੜ ਕੀ ਪਈ ਸੀ? ਅਤੇ ਭਾਰਤ ਦੇ ਲੋਕ ਉਹਦੇ ਰੱਬ ਦੇ ਦੁਸ਼ਮਣ ਕਿਵੇਂ ਬਣ ਗਏ ਸੀ ਕਿ ਇਹਨਾਂ ਨੂੰ ਕੁੱਟਣ ਵਾਸਤੇ, ਕਤਲ ਕਰਨ ਵਾਸਤੇ ਬਾਬਰ ਵਰਗਿਆਂ ਨੂੰ ਚੜ੍ਹਾ ਕੇ ਲਿਆਉਂਦਾ ਰੱਬ? ਇਹੋ ਜਿਹਾ ਭੈੜਾ ਕੰਮ ਰੱਬ ਤੋਂ ਕਿਉਂ ਕਰਵਾਇਆ ਜਾਂਦਾ? ਜੇ ਆਪਾਂ ਇਹ ਕਹਿ ਦਈਏ ਕਿ ਸ਼ੁਰੂ ਦੇ ਵਿੱਚ ਬਾਬਰ ਦਾ ਨਾਮ ਆ ਗਿਆ, ਖੁਰਾਸਾਨ ਖਸਮਾਨਾ ਕੀ ਆ, ਤਾਂ ਫਿਰ ਇੱਥੇ ਵੀ ਤਾਂ ਇਹੋ ਹੀ ਕਰਨਾ ਪਵੇਗਾ, ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਇਹ ਬਾਬਰ, ਇਹ ਲੋਕ ਰੋ ਰਹੇ ਨੇ, ਬਿਲਕ ਰਹੇ ਨੇ, ਇਹਨਾਂ ਨੂੰ ਭੁੱਖੇ ਨੇ, ਅਤੇ ਸਭ ਕੁਝ ਇਹਨਾਂ ਦਾ ਲੁੱਟ ਲਿਆ ਗਿਆ, ਇਹਨਾਂ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਰੋਲ ਦਿੱਤੀ ਗਈ, ਤੈਨੂੰ ਕੋਈ ਦਰਦ ਨਹੀਂ ਆਇਆ ਇਹਨਾਂ ਤੜਫਦੇ ਲੋਕਾਂ 'ਤੇ? ਤੂੰ ਕੁਝ ਤਾਂ ਗਰੀਬਾਂ 'ਤੇ ਤਰਸ ਕਰ ਲੈਂਦਾ, ਜਿਹੜੇ ਤੇਰੇ ਨਾਲ ਲੜਨ ਵਾਸਤੇ ਮੈਦਾਨ 'ਚ ਆਏ ਸੀ, ਤੂੰ ਉਹਨਾਂ ਨੂੰ ਜੋ ਮਰਜ਼ੀ ਸਜ਼ਾ ਦੇ ਦਿੰਦਾ, ਪਰ ਆਮ ਨਿਮਾਣੇ
ਗਰੀਬਾਂ ਲੋਕਾਂ 'ਤੇ ਬੀਬੀਆਂ ਭੈਣਾਂ 'ਤੇ ਇੰਨਾ ਜ਼ੁਲਮ ਤੈਨੂੰ ਨਹੀਂ ਸੀ ਕਰਨਾ ਚਾਹੀਦਾ। ਤੇਰੇ ਅੰਦਰੋਂ ਦਰਦ, ਪਿਆਰ, ਔਰਤਾਂ ਦਾ ਸਤਿਕਾਰ ਇਹ ਖਤਮ ਹੋ ਗਿਆ। ਕਰਤਾ ਤੂੰ ਸਭਨਾ ਕਾ ਸੋਈ। ਉਹ ਭਾਈ, ਪਰਮਾਤਮਾ ਨੇ ਤਾਂ ਸਾਰੇ ਨਿਯਮ ਬਣਾ ਦਿੱਤੇ, ਸਾਰਾ ਕੁਝ ਉਹਨੇ ਕਰ ਦਿੱਤਾ, ਪਰ ਇੱਥੇ ਇੱਕ ਗੱਲ ਦਾ ਸਵਾਲ ਪੈਦਾ ਕੀਤਾ ਗੁਰੂ ਨਾਨਕ ਸਾਹਿਬ ਨੇ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਜੇ ਦੋ ਧਿਰਾਂ ਬਰਾਬਰ ਦੀਆਂ ਹੋਣ, ਆਪਸ ਦੇ ਵਿੱਚ ਲੜਦੀਆਂ ਨੇ, ਤਾਂ ਕਦੀ ਕਿਸੇ ਦਾ ਪਲੜਾ ਭਾਰੂ ਹੋ ਜਾਂਦਾ, ਕਦੀ ਕਿਸੇ ਦਾ ਹੋ ਜਾਂਦਾ। ਦੋ ਫੌਜਾਂ ਆਹਮਣੇ ਸਾਹਮਣੇ ਬਰਾਬਰ ਦੀ ਤਾਕਤ ਵਾਲੀਆਂ ਲੜਦੀਆਂ ਨੇ, ਤਾਂ ਇੱਕ ਫੌਜ ਜਿੱਤ ਗਈ, ਇੱਕ ਫੌਜ ਹਾਰ ਗਈ, ਉਹ ਤਾਂ ਕੁਛ ਹੱਦ ਤੱਕ ਗੱਲ ਜਾਇਜ਼ ਮੰਨੀ ਜਾਂਦੀ ਹੈ ਕਿ ਮੁਕਾਬਲੇ ਵਾਲਾ ਕੋਈ ਹੈਗਾ ਸੀ, ਉਹਨਾਂ ਨੇ ਮੁਕਾਬਲਾ ਕੀਤਾ। ਪਰ ਜੇ ਤਾਕਤਵਰ ਧਿਰ ਤਾਂ ਤਾਕਤਵਰ ਨੂੰ ਮਾਰਦੀ ਹੈ, ਮੁਕਾਬਲਾ ਕਰਦੀ ਹੈ, ਫਿਰ ਤਾਂ ਕੋਈ ਗੁੱਸਾ ਇੰਨਾ ਨਹੀਂ ਆਉਂਦਾ, ਭਾਈ ਅਸੀਂ ਵੀ ਮੈਦਾਨ 'ਚ ਗਏ ਸੀ, ਹੋਇਆ ਕੀ ਜੇ ਹਾਰ ਗਏ, ਅਸੀਂ ਲੜਾਈ ਤਾਂ ਪੂਰੀ ਲੜੀ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਰਹਾਓ। ਪਰ ਦੂਜੇ ਪਾਸੇ ਅਗਲੇ ਪੰਕਤੀ 'ਚ ਗੁਰੂ ਸਾਹਿਬ ਦੱਸਦੇ ਨੇ, ਸਖਤਾ ਸੀ ਮਾਰੇ ਪੈ ਬੱਗੈ ਖਸਮੈ ਸਾ ਪੁਰਸਾਈ। ਉਹ ਭਾਈ, ਜੇ ਕਿਤੇ ਗਾਈਆਂ ਦੇ ਵੱਗ ਨੂੰ, ਬੱਕਰੀਆਂ ਭੇਡਾਂ ਦੇ ਇੱਜੜ ਨੂੰ ਜੇ ਸ਼ੇਰ ਮਾਰਨ ਪੈ ਜਾਵੇ, ਤਾਂ ਬਹੁਤ ਦੁੱਖ ਉਦੋਂ ਹੁੰਦਾ ਜੇ ਉਹਨਾਂ ਦਾ ਮਾਲਕ ਆਪਣੇ ਇੱਜੜ ਨੂੰ, ਆਪਣੀਆਂ ਗਾਵਾਂ ਮੱਝਾਂ ਨੂੰ ਨਾ ਬਚਾਵੇ ਤਾਂ। ਅਤੇ ਇੱਥੇ ਗੁਰੂ ਸਾਹਿਬ ਇਹੀ ਸਮਝਾਉਣਾ ਚਾਹੁੰਦੇ ਨੇ ਕਿ ਭਾਈ, ਇਹ ਦੇਸ਼ ਹੈ ਜਿਹੜਾ, ਇਹ ਗਾਵਾਂ ਮੱਝਾਂ ਵਰਗਾ, ਇਹ ਭੇਡਾਂ ਵਰਗੇ, ਬੱਕਰੀਆਂ ਵਰਗੇ ਲੋਕ ਨੇ, ਇਹਨਾਂ ਦੇ ਰਾਖੇ ਬਾਦਸ਼ਾਹ ਸਨ, ਇੱਥੋਂ ਦੇ ਜਿਹੜੇ ਕਿ ਐਸ਼ ਪ੍ਰਸਤੀ 'ਚ ਗਰਕ ਹੋ ਗਏ ਨੇ, ਉਹਨਾਂ ਨੇ ਆਪਣੇ ਵੱਗ ਦੀ, ਆਪਣੇ ਲੋਕਾਂ ਦੀ, ਜਿਹੜੇ ਕਿ ਬਹੁਤ ਕਮਜ਼ੋਰ ਸਨ, ਭੇਡਾਂ ਬੱਕਰੀਆਂ ਵਰਗੇ ਸਨ, ਉਹਨਾਂ ਦੀ ਰਾਖੀ ਨਹੀਂ ਕੀਤੀ। ਸਖਤਾ ਸੀ ਮਾਰੇ ਪੈ ਬੱਗੈ ਖਸਮੈ ਸਾ ਪੁਰਸਾਈ। ਇਹ ਖਸਮ ਦਾ, ਮਾਲਕ ਦਾ, ਉਹਦਾ ਫਰਜ਼ ਬਣਦਾ, ਭਾਵੇਂ ਉਹ ਕਿੱਡਾ ਵੀ ਜ਼ਾਲਮ ਹੋਵੇ, ਤਾਂ ਉਹਦਾ ਫਰਜ਼ ਬਣਦਾ ਕਿ ਗਰੀਬਾਂ ਨਿਮਾਣਿਆਂ 'ਤੇ ਹੱਥ ਨਾ ਚੁੱਕਿਆ ਜਾਵੇ। ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰ ਨਾ ਕਾਈ। ਇਹਨਾਂ ਨੇ ਹੀਰਿਆਂ ਵਰਗੇ ਨੌਜਵਾਨ, ਹੀਰਿਆਂ ਵਰਗੀਆਂ ਨੂੰਹਾਂ ਧੀਆਂ ਮਿੱਟੀ 'ਚ ਮਿਲਾ ਦਿੱਤੀਆਂ, ਰੋਲ ਕੇ ਰੱਖ ਦਿੱਤੀਆਂ, ਭਾਵ ਕਿ ਸਾਰਾ ਕੁਝ ਇਹਨਾਂ ਨੇ ਲੁੱਟ ਲਿਆ ਅਤੇ ਇੱਜ਼ਤ ਆਬਰੂ ਦੇਸ਼ ਦੇ ਲੋਕਾਂ ਦੀ ਤਬਾਹ ਕਰਕੇ ਰੱਖ ਦਿੱਤੀ। ਕੁੱਤਿਆਂ ਵਾਂਗੂ ਇੱਥੇ ਰੋਲ ਦਿੱਤੇ ਗਏ ਅਤੇ ਇੱਥੇ ਮਰਿਆਂ ਦੀ ਵੀ ਕੋਈ ਸਾਰ ਲੈਣ ਵਾਲਾ ਨਾ ਰਿਹਾ। ਇੰਨੀ ਕਤਲੋਗਾਰਤ ਹੋਈ, ਭਾਵ ਕਿ ਉਹਨਾਂ ਦੀਆਂ ਲਾਸ਼ਾਂ ਨੂੰ ਸੰਭਾਲਣ ਯੋਗਾ ਵੀ ਕੋਈ ਨਾ ਰਿਹਾ। ਕੁਝ ਤਾਂ ਡਰਦੇ ਮਾਰੇ ਜੰਗਲਾਂ ਨੂੰ ਦੌੜ ਗਏ, ਕੁਝ ਜ਼ਖਮੀ ਹੋ ਗਏ, ਕੁਝ ਮਾਰੇ ਗਏ ਅਤੇ ਕੁਝ ਉਹਨਾਂ ਨੇ ਕੈਦ ਕਰ ਲਏ, ਅਤੇ ਇਸ ਤਰ੍ਹਾਂ ਬੇਅੰਤ ਤਬਾਹੀ ਹੋ ਗਈ, ਚਾਰੇ ਪਾਸੇ ਸੰਨਾਟਾ ਛਾ ਗਿਆ, ਲੋਕ ਥਰ ਥਰ ਕੰਬ ਰਹੇ ਨੇ। ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ। ਗੁਰੂ ਸਾਹਿਬ ਕਹਿੰਦੇ ਨੇ, ਪਰਮਾਤਮਾ ਦਾ ਇਹ ਕਠੋਰ ਨਿਯਮ ਹੈ, ਉਹਨੇ ਇਹ ਨਿਯਮ ਅਜਿਹੇ ਬਣਾਏ ਨੇ ਕਿ ਇੱਥੇ ਧਰਤੀ ਦੇ ਉੱਤੇ ਤਾਕਤਵਰ ਜੇਤੂ ਹੁੰਦਾ ਹੈ, ਕਮਜ਼ੋਰ ਹਮੇਸ਼ਾ ਮਰ ਜਾਂਦਾ ਹੈ, ਹਾਰ ਜਾਂਦਾ ਹੈ ਜਾਂ ਗੁਲਾਮ ਬਣ ਜਾਂਦਾ ਹੈ। ਤੁਸੀਂ ਪਸ਼ੂ ਪੰਛੀਆਂ 'ਚ ਵੇਖ ਸਕਦੇ ਹੋ, ਤਾਕਤਵਰ ਸ਼ੇਰ ਆਦਿਕ ਸ਼ਿਕਾਰੀ ਜਾਨਵਰ ਕਮਜ਼ੋਰਾਂ ਨੂੰ ਖਾ ਜਾਂਦੇ ਨੇ। ਕਮਜ਼ੋਰ ਜਾਨਵਰਾਂ ਨੇ ਜਾਂ ਤਾਂ ਦੌੜ ਕੇ ਆਪਣੀ ਜਾਨ ਬਚਾਉਣੀ ਹੈ, ਕੁਝ ਇੱਕ ਉਡਾਰੀ ਮਾਰਨ ਜਾਣਦੇ ਨੇ, ਖੰਭਾਂ ਵਾਲੇ ਜੀਵ ਨੇ, ਉਹ ਉਡਾਰੀ ਮਾਰ ਕੇ ਬਚਣ ਦਾ ਯਤਨ ਕਰਦੇ ਨੇ, ਕੁਝ ਖੁੱਡਾਂ ਵਿੱਚ ਵੜ ਜਾਂਦੇ ਨੇ, ਇਉਂ ਬਚਣ ਦਾ ਕੋਸ਼ਿਸ਼ ਕਰਦੇ ਨੇ। ਕੁਝ ਜੀਵਾਂ ਦਾ ਜਨਮ ਦਰ ਇੰਨੀ ਜ਼ਿਆਦਾ ਹੁੰਦੀ ਹੈ, ਉਹਨਾਂ ਨੂੰ ਸ਼ੇਰ, ਬਘਿਆੜ ਆਦਿਕ ਖਾਈ ਵੀ ਜਾਂਦੇ ਨੇ, ਪਰ ਉਹਨਾਂ ਦੀ ਜੰਮਣ ਦਰ ਬਹੁਤੀ ਹੋਣ ਕਰਕੇ ਖਾਤਮਾ ਨਹੀਂ ਹੁੰਦਾ, ਬੱਚੇ ਹੋਰ ਪੈਦਾ ਹੋਈ ਜਾਂਦੇ ਨੇ। ਤੋ ਇਹ ਤਾਂ ਕੁਦਰਤ ਦਾ ਹੀ ਕਠੋਰ ਨਿਯਮ ਹੈ, ਤਕੜਾ ਇੱਥੇ ਜਿਉਂਦਾ,
ਅਤੇ ਮਾੜਾ ਕਮਜ਼ੋਰ ਇੱਥੇ ਖਾਜਾ ਬਣਦਾ, ਮਰ ਜਾਂਦਾ। ਚਾਹੇ ਬਾਦਸ਼ਾਹੀ ਹੈ, ਚਾਹੇ ਧਰਮ ਹੈ, ਚਾਹੇ ਬੇਲ ਬੂਟੇ ਨੇ, ਚਾਹੇ ਕੌਮਾਂ ਨਸਲਾਂ ਨੇ, ਚਾਹੇ ਦੇਸ਼ ਨੇ, ਇੱਕ ਦੂਜੇ ਨੂੰ ਖਾਣ ਵਾਸਤੇ, ਹੜੱਪ ਕਰਨ ਵਾਸਤੇ ਹਰ ਕੋਈ ਤਿਆਰ ਬਰ ਤਿਆਰ ਹੈ। ਜੇ ਆਪਣੇ ਆਪ ਨੂੰ ਬਚਾਉਣਾ ਤਾਂ ਬਚਾਉਣ ਦੇ ਤਰੀਕੇ ਲੱਭਣੇ ਪੈਣਗੇ। ਇਸ ਧਰਤੀ ਦੇ ਉੱਤੋਂ ਬੁੱਧ ਧਰਮ ਖਤਮ ਹੋ ਗਿਆ, ਹੋਰ ਤਾਕਤਵਰ ਧਿਰਾਂ ਨੇ ਉਹਨੂੰ ਖਤਮ ਕਰ ਦਿੱਤਾ। ਰੋਮਨ ਸਾਮਰਾਜ ਧਰਤੀ ਤੋਂ ਖਤਮ ਹੋ ਗਿਆ। ਇਸੇ ਤਰ੍ਹਾਂ ਇੱਥੇ ਬਹੁਤ ਸਾਰੇ ਫਿਰਕੇ, ਬਹੁਤ ਸਾਰੇ ਧਰਮ, ਇੱਥੇ ਯੋਗੀ ਆਦਿਕ ਖਤਮ ਹੋ ਗਏ ਨੇ। ਅੱਜ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਹੈ। ਕਈ ਜੀਵ ਜੰਤੂਆਂ ਦੀਆਂ ਨਸਲਾਂ ਧਰਤੀ ਦੇ ਉੱਤੋਂ ਖਤਮ ਹੋ ਗਈਆਂ ਨੇ। ਬਹੁਤ ਕੁਝ ਕੁਦਰਤ ਦੇ ਨਿਯਮਾਂ ਦੇ ਵਿੱਚ ਇੱਥੇ ਬਦਲਦਾ ਰਹਿੰਦਾ ਹੈ। ਇਹਨੂੰ ਸਮਝਣ ਦਾ ਯਤਨ ਕਰੀਏ। ਜੇ ਸਿੱਖਾਂ ਨੇ ਵੀ ਆਪਣੇ ਆਪ ਨੂੰ ਤਾਕਤਵਰ ਨਾ ਬਣਾਇਆ, ਸਿਆਣੇ ਨਾ ਬਣਾਇਆ, ਏਕਤਾ ਦੇ ਸੂਤਰ ਵਿੱਚ ਨਾ ਪਰੋਏ ਗਏ, ਤਾਂ ਸਾਡੇ ਨਾਲ ਵੀ ਇਹੋ ਕੁਝ ਵਾਪਰੇਗਾ, ਜਿਹੜਾ ਕਿ ਹੌਲੀ ਹੌਲੀ ਸਿੱਖਾਂ ਦੀ ਮੂਰਖਤਾ ਦੇ ਕਾਰਨ ਇਸੇ ਪਾਸੇ ਨੂੰ ਜਾ ਰਿਹਾ ਹੈ। ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ। ਅੱਗੋਂ ਗੁਰੂ ਸਾਹਿਬ ਕਹਿੰਦੇ ਨੇ, ਜੇ ਕੋ ਨਾਉ ਧਰਾਏ ਵੱਡਾ ਸਾਧ ਘਰੇ ਮਨ ਭਾਣੇ। ਇੱਥੇ ਬੜੇ ਲੋਕ ਨੇ, ਉਹਨਾਂ ਕੋਲੇ ਅਕਲ ਤਾਂ ਨਹੀਂ ਹੁੰਦੀ, ਉਹਨਾਂ ਕੋਲੇ ਇੰਨੀ ਤਾਕਤ ਤਾਂ ਨਹੀਂ ਹੁੰਦੀ, ਪਰ ਆਪਣੇ ਆਪ ਨੂੰ ਬਹੁਤ ਵੱਡੇ ਸਮਝ ਬਹਿੰਦੇ ਨੇ, ਹੰਕਾਰ ਦੇ ਵਿੱਚ ਆ ਜਾਂਦੇ ਨੇ ਕਿ ਮੇਰੇ ਵਰਗਾ ਤਾਕਤਵਰ ਹੋਰ ਕੌਣ ਹੈ। ਅਤੇ ਫਿਰ ਤਰ੍ਹਾਂ ਤਰ੍ਹਾਂ ਦੇ ਸੁੱਖ ਸਵਾਦਾਂ ਦੇ ਵਿੱਚ ਗਰਕ ਹੋ ਜਾਂਦੇ ਨੇ, ਇੱਥੇ ਵੇਸ਼ਵਾਵਾਂ ਦੇ ਨਾਚ ਕਰਾਉਂਦੇ ਨੇ, ਆਪਣੇ ਹਰਮ ਦੇ ਵਿੱਚ ਔਰਤਾਂ ਇਕੱਠੀਆਂ ਕਰ ਲੈਂਦੇ ਨੇ, ਆਪਣੇ ਨੌਕਰਾਂ ਚਾਕਰਾਂ ਤੋਂ ਆਪਣੇ ਤਰ੍ਹਾਂ ਤਰ੍ਹਾਂ ਦੇ ਨੀਵੀਂ ਪੱਧਰ ਦੇ ਕੰਮ ਕਰਵਾਉਂਦੇ ਨੇ, ਪਰ ਦੇਸ਼ ਦੀ ਰਾਖੀ, ਲੋਕਾਂ ਦਾ ਭਲਾ, ਉਸ ਪਾਸੇ ਉਹਨਾਂ ਦਾ ਕੋਈ ਧਿਆਨ ਨਹੀਂ ਹੁੰਦਾ, ਆਪਣੇ ਹੀ ਸੁੱਖ ਸਵਾਦਾਂ 'ਚ ਪੈ ਜਾਂਦੇ ਨੇ। ਉਹ ਆਪ ਤਾਂ ਗਰਕ ਹੁੰਦੇ ਹੀ ਹੁੰਦੇ ਨੇ, ਆਪਣੇ ਦੇਸ਼ ਨੂੰ, ਆਪਣੇ ਲੋਕਾਂ ਨੂੰ ਵੀ ਬਰਬਾਦ ਕਰਕੇ ਰੱਖਦੇ ਨੇ, ਕਿਉਂਕਿ ਉਹਨਾਂ ਨੇ ਹੀ ਆਪਣੇ ਦੇਸ਼ ਦੇ ਲੋਕਾਂ ਦੀ ਰਾਖੀ ਕਰਨੀ ਹੁੰਦੀ ਹੈ। ਉਹ ਇਸ ਗੱਲ ਤੋਂ ਅਣਜਾਣ ਹੋ ਜਾਂਦੇ ਨੇ ਅਤੇ ਸੁੱਖ ਸਵਾਦਾਂ ਦੇ ਵਿੱਚ ਸਭ ਕੁਛ ਭੁਲਾ ਦਿੰਦੇ ਨੇ। ਜੇ ਕੋ ਨਾਉ ਧਰਾਏ ਵੱਡਾ ਸਾਧ ਘਰੇ ਮਨ ਭਾਣੇ, ਖਸਮੈ ਨਦਰੀ ਕੀੜਾ ਆਵੈ ਜੇਤੇ ਚੁੱਗੈ ਦਾਣੇ। ਜਿਹੜੀ ਤਾਕਤਵਰ ਧਿਰ ਹੈ, ਜਿਹੜੀ ਖਸਮ ਬਣ ਕੇ ਆ ਗਈ ਹੈ, ਉਹਨੂੰ ਪਤਾ ਕਿ ਇਹ ਮੇਰੇ ਸਾਹਮਣੇ ਕੀੜਾ ਵਰਗੇ ਲੋਕ ਨੇ, ਇਹਨਾਂ ਦੀ ਤਾਕਤ ਔਕਾਤ ਮੇਰੇ ਅੱਗੇ ਕੁਛ ਵੀ ਨਹੀਂ ਹੈ, ਇਹ ਤਾਂ ਦੋ ਦਾਣੇ ਇਹਨਾਂ ਨੂੰ ਪਾ ਦਈਏ ਤਾਂ ਇਹ ਝਟਪਟ ਮੇਰੇ ਨਾਲ ਹੀ ਖੜ੍ਹੇ ਹੋ ਜਾਣਗੇ, ਜਿਵੇਂ ਮੈਂ ਗੁਲਾਮੀ ਕਰਵਾਉਣੀ ਚਾਹਾਂ ਇਹ ਉਸੇ ਤਰ੍ਹਾਂ ਹੀ ਕਰਨ ਨੂੰ ਤਿਆਰ ਹੋ ਜਾਣਗੇ। ਇਹ ਤਾਂ ਆਪਣੀਆਂ ਨੂੰਹਾਂ ਧੀਆਂ ਵੀ ਮੇਰੇ ਅਤੇ ਮੇਰੇ ਸਿਪਾਹੀਆਂ ਦੇ ਹਵਾਲੇ ਆਪਣੀ ਮਰਜ਼ੀ ਨਾਲ ਇਹ ਕਰਨ ਵਾਸਤੇ ਤਿਆਰ ਹੋ ਜਾਣਗੇ, ਮੈਨੂੰ ਬਹੁਤੀ ਮਿਹਨਤ ਨਹੀਂ ਕਰਨੀ ਪਵੇਗੀ, ਕਿਉਂਕਿ ਇਹਨਾਂ ਕੋਲ ਹਿੰਮਤ, ਹੌਸਲਾ ਅਤੇ ਅਕਲ ਦਾ ਨਾਮੋ ਨਿਸ਼ਾਨ ਨਹੀਂ ਹੈ। ਖਸਮੈ ਨਦਰੀ ਕੀੜਾ ਆਵੈ ਜੇ ਤੇ ਚੁੱਗੈ ਦਾਣੇ। ਦੁਸ਼ਮਣ ਤਾਂ ਇਹਨਾਂ ਨੂੰ ਕੀੜਿਆਂ ਵਰਗੇ ਸਮਝਦਾ ਹੈ। ਮਰ ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਵਿਖਾਣੇ। ਇੱਥੇ ਗੁਰੂ ਨਾਨਕ ਸਾਹਿਬ ਆਖਰੀ ਪੰਕਤੀ ਦੇ ਵਿੱਚ ਨਿਚੋੜ ਪੇਸ਼ ਕਰਦੇ ਨੇ ਕਿ ਭਾਈ, ਤੁਸੀਂ ਆਪਣੇ ਆਪ ਨੂੰ ਇੰਨਾ ਤਿਆਰ ਕਰੋ, ਇੰਨੀ ਤਾਕਤ ਇਕੱਠੀ ਕਰੋ, ਇੰਨੀ ਸਿਆਣਪ ਪ੍ਰਾਪਤ ਕਰੋ, ਤੁਸੀਂ ਰੋਜ਼ਾਨਾ ਹੀ ਇੰਨਾ ਮਿਹਨਤ ਕਰੋ ਕਿ ਮਾਨੋ ਜੇ ਮੌਤ ਵੀ ਆ ਜਾਵੇ ਤਾਂ ਵੀ ਤੁਹਾਨੂੰ ਡਰਾ ਨਾ ਸਕੇ, ਤੁਹਾਨੂੰ ਹਰਾ ਨਾ ਸਕੇ। ਮਰ ਮਰ ਜੀਵ ਹੈ, ਇਸ ਇੰਨੀ ਮਿਹਨਤ ਦੇ ਵਿੱਚੋਂ ਤੁਹਾਡੀ ਜ਼ਿੰਦਗੀ ਨਿਕਲੇਗੀ, ਤੁਸੀਂ ਆਪਣੇ ਆਪ ਨੂੰ, ਆਪਣੇ ਲੋਕਾਂ ਨੂੰ ਜੀਵਤ ਰੱਖ ਸਕੋਗੇ, ਉਹਨਾਂ ਨੂੰ ਬਾਦਸ਼ਾਹ ਬਣਾ ਸਕੋਗੇ, ਉਹਨਾਂ ਨੂੰ ਜੇਤੂ ਬਣਾ ਸਕੋਗੇ। ਮਰ ਮਰ ਜੀਵ ਹੈ ਤਾਂ ਕਿਛ ਪਾਏ, ਜੇ ਤੁਸੀਂ ਇੰਨੇ ਮਿਹਨਤੀ, ਇੰਨੇ ਸਿਆਣੇ ਬਣੋਗੇ ਤਾਂ ਤੁਸੀਂ ਮਰ ਮਰ ਕੇ ਭਾਵ ਮਿਹਨਤ ਕਰਕੇ ਇਉਂ ਆਖਰੀ ਸਾਹ ਤੱਕ ਹਿੰਮਤ ਕਰਦੇ ਰਹਿਣ ਕਰਕੇ
ਤੁਸੀਂ ਜਿਉ ਪਵੋਗੇ, ਤੁਸੀਂ ਜਿਉਂਦਿਆਂ 'ਚ ਸ਼ਾਮਿਲ ਹੋਵੋਗੇ ਜੇ ਤੁਹਾਡੇ ਕੋਲ ਤਾਕਤ ਹੋਵੇਗੀ, ਅਕਲ ਹੋਵੇਗੀ ਤਾਂ। ਮਰ ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਵਿਖਾਣੇ। ਭਾਈ ਕੁਦਰਤ ਦਾ ਇਹੋ ਹੀ ਨਿਯਮ ਹੈ। ਨਾਮ ਵਿਖਾਣੇ ਦਾ ਭਾਵ ਹੈ ਕੁਦਰਤ ਦਾ ਕਠੋਰ ਅਟਲ ਨਿਯਮ, ਜਿਹੜਾ ਕਿ ਸਾਰੇ ਸੰਸਾਰ 'ਚ ਇੱਕੋ ਜਿਹਾ ਵਾਪਰਿਆ ਹੋਇਆ। ਤੁਸੀਂ ਆਪ ਧਿਆਨ ਮਾਰ ਸਕਦੇ ਹੋ, ਜੇ ਰੱਬ ਨੇ ਹੀ ਸਾਰਾ ਕੁਝ ਇਹ ਕਰਨਾ ਸੀ, ਕਿਸੇ ਨੂੰ ਗੁਲਾਮ ਬਣਾਉਣਾ, ਕਿਸੇ ਨੂੰ ਰਾਜਾ ਬਣਾਉਣਾ, ਅਤੇ ਦੱਖਣੀ ਅਫਰੀਕਾ ਆਦਿਕ ਅਫਰੀਕੀ ਦੇਸ਼ ਨੇ ਸਾਰੇ ਉਹ ਬੇਅੰਤ ਲੰਮੇ ਸਮੇਂ ਤੱਕ ਗੋਰਿਆਂ ਦੇ ਗੁਲਾਮ ਰਹੇ, ਉਹਨਾਂ ਦਾ ਸਭ ਕੁਝ ਤਬਾਹ ਹੋ ਗਿਆ, ਲੁੱਟਿਆ ਗਿਆ, ਉਹਨਾਂ ਨੂੰ ਗੁਲਾਮ ਬਣਾ ਕੇ ਸਮੁੰਦਰੀ ਜਹਾਜ਼ਾਂ 'ਚ ਸੁੱਟ ਕੇ ਗੋਰੇ ਆਪਣੇ ਦੇਸ਼ਾਂ 'ਚ ਲਿਆਉਂਦੇ ਰਹੇ ਨੇ, ਉਹਨਾਂ ਤੋਂ ਪਸ਼ੂਆਂ ਵਾਂਗ ਕੁੱਟ ਕੁੱਟ ਕੇ ਭੁੱਖੇ ਰੱਖ ਕੇ ਕੰਮ ਲੈਂਦੇ ਰਹੇ ਨੇ। ਜੇ ਕੋਈ ਬਿਮਾਰ ਵੀ ਹੋ ਗਿਆ ਤਾਂ ਵੀ ਕਿਸੇ ਦੀ ਸਾਰ ਨਹੀਂ ਲੈਣੀ, ਪਸ਼ੂਆਂ ਵਾਂਗੂ ਉਹਨੂੰ ਪਰੇ ਸੁੱਟ ਦੇਣਾ ਅਤੇ ਹੋਰ ਉੱਥੋਂ ਮੰਗਵਾ ਲੈਣੇ। ਇਹ ਸਦੀਆਂ ਤੱਕ ਕੰਮ ਹੋਇਆ ਉਹਨਾਂ ਲੋਕਾਂ ਦੇ, ਦੇਸ਼ਾਂ ਦੀਆਂ ਧਰਤੀਆਂ ਦੇ ਵਿੱਚੋਂ ਬੇਅੰਤ ਖਜ਼ਾਨੇ ਗੋਰਿਆਂ ਨੇ ਕੱਢ ਕੇ ਆਪਣੇ ਦੇਸ਼ਾਂ ਨੂੰ ਲੈ ਗਏ ਨੇ। ਇਸੇ ਤਰ੍ਹਾਂ ਭਾਰਤ ਦੇ ਉੱਤੇ ਅਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਅਤੇ ਅਮਰੀਕਾ ਅਤੇ ਕੈਨੇਡਾ ਅਤੇ ਬਹੁਤ ਧਰਤੀ ਦੇ ਖਿੱਤੇ 'ਤੇ ਕਰੋੜਾਂ ਲੋਕਾਂ 'ਤੇ ਇੰਗਲੈਂਡ ਵਾਲੇ ਲੋਕਾਂ ਨੇ ਰਾਜ ਕੀਤਾ ਕਿ ਉਹਨਾਂ ਨੂੰ ਰੱਬ ਨੇ ਭੇਜਿਆ ਸੀ ਸਾਰੇ ਕਿਤੇ। ਇੰਨੇ ਜ਼ੁਲਮ ਕਰਨ ਦੀ ਇਜਾਜ਼ਤ ਰੱਬ ਆਪ ਦਿੰਦਾ ਕਿ ਰੱਬ ਨੂੰ ਅਸੀਂ ਫਿਰ ਜ਼ਾਲਮ ਨਾ ਆਖੀਏ ਜਦੋਂ ਇਹੋ ਜਿਹੇ ਕੰਮ ਰੱਬ ਆਪ ਕਰਵਾਉਂਦਾ। ਗੁਰੂ ਪਿਆਰ ਵਾਲਿਓ, ਰੱਬ ਨੇ ਇੱਕ ਸਿਸਟਮ, ਇੱਕ ਨਿਯਮ ਬਣਾ ਦਿੱਤਾ ਕਿ ਇਸ ਨਿਯਮ ਨੂੰ ਸਮਝੋਗੇ ਅਤੇ ਆਪਣੇ ਆਪ 'ਤੇ ਲਾਗੂ ਕਰੋਗੇ ਤਾਂ ਤੁਸੀਂ ਬਚ ਜਾਓਗੇ। ਬਚਣ ਵਾਸਤੇ ਤਿਆਰੀ ਤੁਹਾਨੂੰ ਆਪ ਕਰਨੀ ਪਊਗੀ, ਤੌਰ ਤਰੀਕੇ ਤੁਹਾਨੂੰ ਆਪ ਲੱਭਣੇ ਪੈਣਗੇ, ਸਮੇਂ ਦੇ ਅਨੁਸਾਰ ਤੁਹਾਨੂੰ ਰਹਿਣਾ, ਉੱਠਣਾ, ਬੈਠਣਾ, ਬੋਲਣਾ, ਚੱਲਣਾ, ਵਰਤੋਂ ਵਿਹਾਰ ਕਰਨਾ, ਹਥਿਆਰ ਬਣਾਉਣੇ, ਰਾਜ ਕਰਨਾ, ਨਵੀਆਂ ਕਾਢਾਂ ਕੱਢਣੀਆਂ, ਜੋ ਜੋ ਜ਼ਿੰਦਗੀ ਦੀਆਂ ਤੁਹਾਨੂੰ ਲੋੜਾਂ ਮਹਿਸੂਸ ਹੁੰਦੀਆਂ ਨੇ ਉਹ ਸਾਰੇ ਕੰਮ ਕਰਨੇ ਤੁਹਾਨੂੰ ਆਪ ਸਿੱਖਣੇ ਪੈਣਗੇ। ਆਕਾਸ਼ 'ਚੋਂ ਉਤਰ ਕੇ ਤੁਹਾਡੇ ਵਾਸਤੇ ਕੁਛ ਵੀ ਨਹੀਂ ਆਉਣਾ। ਰੱਬ ਨੂੰ ਦੋਸ਼ ਨਾ ਦਿਓ। ਜਿਹੜਾ ਰੱਬ ਤੁਹਾਡੇ ਅੰਦਰ ਵੱਸਦਾ, ਜਿਹੜੀ ਜੋਤ ਤੁਹਾਡੇ ਅੰਦਰ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਸ ਨੂੰ ਪਛਾਣੋ ਅਤੇ ਸਹੀ ਮਾਇਨਿਆਂ 'ਚ ਇਨਸਾਨ ਬਣੋ ਅਤੇ ਗੁਲਾਮੀ ਦੇ ਸੰਗਲ ਕੱਟ ਦਿਓ। ਸਿੱਖ ਰੋਜ਼ ਕਹਿੰਦੇ ਨੇ ਕਿ ਅਸੀਂ ਗੁਲਾਮ ਹਾਂ, ਅਸੀਂ ਗੁਲਾਮ ਹਾਂ, ਅਤੇ ਇਹਨਾਂ ਮੰਤਰਾਂ ਜਾਪਾਂ ਨਾਲ ਇਹ ਗੁਲਾਮੀ ਦੂਰ ਨਹੀਂ ਹੋਣੀ। ਜੇ ਰੱਬ ਸਾਡੇ ਕੋਲ ਹੈ, ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ 'ਚ ਇੰਨੀ ਪ੍ਰਸ਼ੰਸਾ ਰੱਬ ਦੀ ਲਿਖੀ ਹੋਈ ਹੈ, ਫਿਰ ਅਸੀਂ ਗੁਲਾਮ ਹੁੰਦੇ ਹੀ ਕਿਉਂ ਹਾਂ? ਸਾਡੇ 'ਤੇ ਜ਼ੁਲਮ ਹੋਏ ਹੀ ਕਿਉਂ ਨੇ? ਇਹਨਾਂ ਚੀਜ਼ਾਂ 'ਤੇ ਸਾਡੇ ਮੁਖੀ ਅਤੇ ਸਾਡੇ ਪ੍ਰਚਾਰਕ ਜਾਂ ਡੇਰਾਵਾਦੀ ਅੰਧ ਵਿਸ਼ਵਾਸੀ ਉਹ ਕਦੀ ਵਿਚਾਰ ਕਰਨ ਨੂੰ ਹੀ ਤਿਆਰ ਨਹੀਂ ਹਨ। ਮਰ ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਵਿਖਾਣੇ। ਇਹ ਸ਼ਬਦ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ, 360 ਪੰਨੇ ਦੇ ਉੱਤੇ ਸਭਾਇਮਾਨ ਹੈ। ਆਪ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹ ਸਕਦੇ ਹੋ। ਅਰਥ ਮੈਂ ਪਹਿਲੇ ਪ੍ਰਚਲਿਤ ਧਾਰਨਾਵਾਂ ਦੇ ਅਨੁਸਾਰ ਨਹੀਂ ਕੀਤੇ, ਕੁਝ ਵੱਖਰੇ ਕੀਤੇ ਨੇ। ਉਹਨਾਂ ਧਾਰਨਾਵਾਂ ਦੇ ਅਰਥ ਕੀਤੇ ਸਾਡਾ ਅੱਜ ਸਾਡਾ ਕੋਈ ਬਹੁਤਾ ਭਲਾ ਨਹੀਂ ਕਰਦੇ, ਅਗਵਾਈ ਨਹੀਂ ਦਿੰਦੇ। ਜੇ ਨਵੀਨਤਾ ਵਾਲੇ ਅਰਥ ਆਪਾਂ ਅੱਜ ਦੇ ਹਾਲਾਤ ਅਨੁਸਾਰ ਕਰਾਂਗੇ ਤਾਂ ਇਹਦੇ ਨਾਲ ਸਾਡਾ ਬਹੁਤ ਸਾਰਾ ਭਲਾ ਹੋਵੇਗਾ। ਇਤਨੇ ਇੱਕ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਲਈ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।